ਬਠਿੰਡਾ ਵਿੱਚ ਗੋਲਡਗੀ ਦੇ ਨੇੜੇ ਇੱਕ ਰੈੱਡ ਕ੍ਰਾਸ ਦੀ ਇਮਾਰਤ ਦੇ ਹਿੱਸੇ ਦਾ ਵਾਧਰਾ ਡਿੱਗ ਪਿਆ ਜਿਸ ਕਾਰਨ ਹੇਠਾਂ ਖੜ੍ਹੀ ਕਾਰ ਨੁਕਸਾਨੀ ਗਈ, ਪਰ ਸਵੇਰ ਦਾ ਸਮਾਂ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਬਠਿੰਡੇ ਵਿੱਚ ਰੈੱਡ ਕ੍ਰਾਸ ਦੀ ਇਮਾਰਤ ਦੇ ਇੱਕ ਹਿੱਸੇ ਦਾ ਵਾਧਰਾ ਟੁੱਟ ਕੇ ਹੇਠਾਂ ਡਿੱਗ ਪਿਆ। ਇਹ ਘਟਨਾ ਸਵੇਰੇ ਸਵਖਤੇ ਵਾਪਰਨ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇੱਟਾਂ ਦਾ ਮਲਬਾ ਡਿੱਗਣ ਕਾਰਨ ਹੇਠਾਂ ਗੱਡੀ ਖੜ੍ਹੀ ਕਾਰਨ ਨੁਕਸਾਨ ਹੋ ਗਿਆ। ਇੱਕ ਗੁਆਂਢੀ ਦੁਕਾਨਦਾਰ ਨੌਜਵਾਨ ਦਾ ਕਹਿਣਾ ਸੀ ਕਿ ਇਹ ਇਮਾਰਤ ਕਿਸੇ ਵੇਲੇ ਇੱਕ ਬੈਂਕ ਕੋਲ ਕਿਰਾਏ 'ਤੇ ਹੁੰਦੀ ਸੀ, ਜਿਨ੍ਹਾਂ ਨੇ ਕੂਲਰ ਏਸੀ ਆਦਿ ਲਾਉਣ ਲਈ ਇਮਾਰਤਾਂ ਵਿੱਚ ਭੰਨ ਤੋੜ ਕੀਤੀ ਸੀ, ਜਿਸ ਕਾਰਨ ਮੀਂਹ ਦੇ ਪਾਣੀ ਨਾਲ ਇਹ ਹਿੱਸਾ ਡਿੱਗ ਪਿਆ। ਇੱਥੇ ਨਾ ਲਗਾਤਾਰ ਕਾਫੀ ਟਾਈਮ ਤੋਂ ਪਹਿਲਾਂ ਤਾਂ ਬੈਂਕ ਸੀਗਾ ਜੀ, ਬੈਂਕ ਦੇ ਜਿਹੜੇ ਕੂਲਰ ਵਗੈਰਾ ਲੱਗੇ ਸੀ ਏਸੀ, ਉਹਨਾਂ ਦਾ ਪਾਣੀ ਹੈ ਜਿਹੜੀ ਵੱਧ ਰਿਹਾ, ਆ ਦੀਵਾਰ ਇਹਨਾਂ ਦੇ ਉੱਤੇ ਪੈਂਦਾ ਰਹਿੰਦਾ ਸੀ, ਉਹਦੇ ਨਾਲ ਦੀਵਾਰ ਪਹਿਲਾਂ ਹੀ ਖੋਖਲੀ ਸੀਗੀ। ਫਿਰ ਜਦੋਂ ਬੈਂਕ ਗਿਆ ਅਸੀਂ ਬੈਂਕ ਨੂੰ ਬਹੁਤ ਵਾਰ ਕਿਹਾ ਵੀ ਇਹਨੂੰ ਠੀਕ ਕਰਾਇਆ ਜਾਵੇ, ਪਾਣੀ ਦੀ ਕੋਈ ਨਿਕਾਸੀ ਹੋਵੇ, ਇੱਥੇ ਪਾਣੀ ਦੀ ਕੋਈ ਨਿਕਾਸੀ ਨਹੀਂ, ਪਾਣੀ ਇੱਥੇ ਜੰਮ ਜਾਂਦਾ ਸਾਰਾ। ਉਸ ਤੋਂ ਬਾਅਦ ਜਿਹੜਾ ਮੀਂਹ ਦਾ ਪਾਣੀ ਪੈਣ ਲੱਗ ਗਿਆ ਲਗਾਤਾਰ, ਹੁਣ ਪਿੱਛੇ ਜੇ ਮੀਂਹ ਪਿਆ ਤੁਹਾਨੂੰ ਪਤਾ ਇੰਨੀ ਤੇਜ਼, ਕੁਛ ਹੋਰ ਰੀਜ਼ਨ ਬਣ ਗਿਆ ਵੀ ਦੀਵਾਰਾਂ ਬਹੁਤ ਕੱਚੀਆਂ ਸੀਗੀਆਂ, ਮੀਂਹ ਬਹੁਤ ਤੇਜ਼ ਪਿਆ, ਉਹਦੇ ਕਰਕੇ ਪਾਣੀ ਇਹਨਾਂ ਦੇ ਦੀਵਾਰਾਂ ਦੇ ਵਿੱਚ ਸਮਾ ਗਿਆ, ਇਹਦੇ ਕਰਕੇ ਦੀਵਾਰਾਂ ਹੋ ਗਈਆਂ ਖੋਖਲੀਆਂ ਅਤੇ ਅੱਜ ਦੀਵਾਰ ਡਿੱਗ ਗਈ ਜੀ ਅੱਧੀ। ਕੋਈ ਜਾਨੀ ਜਾਂ ਮਾਲੀ ਨੁਕਸਾਨ? ਨਹੀਂ, ਜਾਨੀ ਨੁਕਸਾਨ ਕੋਈ ਮਾਲੀ ਨੁਕਸਾਨ ਨਹੀਂ, ਇੱਕ ਗੱਡੀ ਖੜੀ ਸੀ ਜ਼ਰੂਰ ਕਿਸੇ ਵੀਰ ਦੀ, ਉਹਦਾ ਨੁਕਸਾਨ ਜ਼ਰੂਰ ਹੋਇਆ। ਕਿੰਨਾ? ਉਹ ਗੱਡੀ ਟੁੱਟ ਗਈ, ਮਤਲਬ ਬਾਕੀ ਤਾਂ ਕਹਿ ਰਹੇ ਵੀਰਾ ਵੀ ਬੀਮਾ ਹੈਗਾ ਸੀ ਫੁੱਲ, ਬਾਕੀ ਜਾਲੀ ਮਾਲੀ ਨੁਕਸਾਨ ਕਿਸੇ ਦਾ ਹੋਰ ਕੁਛ ਨਹੀਂ ਹੋਇਆ। ਇਹ ਹਾਦਸਾ ਤਾਂ ਅਸੀਂ ਤਾਂ ਸਵੇਰੇ 9 ਵਜੇ ਆਏ ਜੀ, ਸਵੇਰੇ 5 ਵਜੇ ਕਹਿੰਦੇ ਹੋਇਆ ਉਹ ਬਾਹਰੋਂ ਵੱਧ ਰਹਿ ਗਿਆ ਆਪਣੇ ਆਪ ਹੀ। ਤੁਹਾਨੂੰ ਲੱਗਦਾ ਸੀ ਵੀ ਡਿੱਗਣ ਵਾਲਾ? ਨਹੀਂ ਨਹੀਂ, ਕਦੇ ਦੇਖਿਆ ਵੀ ਨਹੀਂ, ਧਿਆਨ ਵੀ ਦਿੱਤਾ ਜੀ, ਕਦੇ ਹੈ ਹੀ ਨਹੀਂ, ਨਾ ਹੀ ਕੋਈ ਗਿਰਨ ਦਾ ਚਾਂਸ ਹੈ ਸੀ ਜੀ, 1% ਵੀ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ।